ਸਿਰੇ ਮੁਕਤਸਰ ਸਾਹਿਬ ਵਿਖੇ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਵੋਹਰਾ ਕਲੋਨੀ ਦੇ ਵਸਨੀਕ ਅਤੇ ਭਾਜਪਾ ਦੇ ਨੌਜਵਾਨ ਆਗੂ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ ਹੈ। ਮ੍ਰਿਤਕ ਦੀ ਪਹਿਚਾਣ ਵਿਸ਼ਾਲ ਕੁਮਾਰ ਕਮਰਾ ਦੇ ਰੂਪ ਵਿੱਚ ਹੋਈ ਹੈ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਉਸ ਦੇ ਭਰਾ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਉਹ ਕੋਈ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਜਲਦ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਵਿਕਾਸ ਕਮਰਾ ਤਕਰੀਬਨ 1 ਵਜੇ ਘਰ ਤੋਂ ਫੋਨ ਗਿਆ ਮੇਰੇ ਬੇਟੇ ਦਾ ਵੀ ਚਾਚੂ ਇੱਦਾਂ ਕਰਕੇ ਬੋਲ ਨਹੀਂ ਰਹੇ ਜਾਂ ਡਿੱਗੇ ਪਏ ਹੈ। ਮੈਂ ਉਸੇ ਟਾਈਮ ਦੁਕਾਨ ਛੱਡ ਕੇ ਘਰ ਆਇਆ, ਅਸੀਂ ਆਪਦੀ ਕਾਰ ਵਿੱਚ ਪਾ ਕੇ ਇਹਨਾਂ ਨੂੰ ਡਾਕਟਰ ਸੰਜੇ ਦੇ ਲੈ ਗਏ। ਉਹਨਾਂ ਨੇ ਸਾਨੂੰ ਆਪਣੇ ਸਰਕਾਰੀ ਹਸਪਤਾਲ ਰੈਫਰ ਕਰਤਾ। ਅਸੀਂ ਪਹੁੰਚੇ ਹਾਂ, ਅੱਗੋਂ ਡਾਕਟਰ ਸਾਹਿਬ ਨੇ ਮਤਲਬ ਡੈੱਡ ਘੋਸ਼ਿਤ ਕਰਤਾ ਜੀ ਇਹਨਾਂ ਨੂੰ। ਅਸੀਂ ਪੁਲਿਸ ਨੂੰ ਇਤਲਾਹ ਕੀਤੀ ਉਸ ਬਾਰੇ ਅਤੇ ਪੁਲਿਸ ਨੂੰ ਨੇ ਸਾਡੇ ਬਿਆਨ ਲਿੱਤੇ, ਵਿਸ਼ੂ ਦੀ ਵਿਸ਼ਾਲ ਜੀ ਮੈਡਮ ਤੋਂ ਬਿਆਨ ਲਿੱਤੇ ਹੈ। ਅਗਾਂਹ ਹੁਣ ਪੁਲਿਸ ਆਪਦੀ ਕਾਰਵਾਈ ਵਿੱਚ ਠੀਕ ਹੈ। ਜਿਹੜਾ ਉਹਦਾ ਮੋਬਾਈਲ ਸੀਗਾ ਜੋ ਉਹਦੇ 'ਤੇ ਕੋਈ ਆਇਆ ਹੈ ਚੈਟ ਵਗੈਰਾ, ਪੁਲਿਸ ਨੇ ਆਪਦੀ ਕਸਟਡੀ 'ਚ ਲੈ ਲਿਆ ਉਹਨੂੰ ਮੋਬਾਈਲ ਨੂੰ। ਉਹ ਆਪਦਾ ਚੈੱਕ ਕਰਕੇ ਜੋ ਕਾਰਵਾਈ ਸਾਨੂੰ ਕਰਨ ਦਾ ਭਰੋਸਾ ਦਿੱਤਾ। ਔਰ ਅਸੀਂ ਪੂਰੀ ਮੰਗ ਕਰਦੇ ਹਾਂ ਵੀ ਇਹਦੀ ਪੂਰੀ ਕਾਰਵਾਈ, ਬੰਦੀ ਕਾਰਵਾਈ ਕੀਤੀ ਜਾਵੇ, ਸਾਨੂੰ ਇਨਸਾਫ ਦਵਾਇਆ। ਕੋਈ ਦੋ ਨਹੀਂ, ਕੋਈ ਲੜਾਈ ਝਗੜਾ ਨਹੀਂ। ਵੈਸੇ ਪਰੇਸ਼ਾਨੀ 2-4 ਦਿਨਾਂ ਦੀ ਲੱਗਦੀ ਪਈ ਸੀ, ਪਰ ਅਸੀਂ ਜਿਵੇਂ ਆਪਦੇ ਮਨ 'ਚ ਸੋਚ ਰਹੇ ਸੀ ਵੀ ਕੋਈ ਹੈ ਕੋਈ ਪ੍ਰੋਬਲਮ, ਪਰ ਨਹੀਂ ਸ਼ੇਅਰ ਕੋਈ ਨਹੀਂ ਕੀਤੀ ਸਾਡੇ ਨਾਲ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਜੇਪੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਗੋਰਾ ਪਟੇਲਾ ਨੇ ਦੱਸਿਆ ਕਿ ਕੱਲ੍ਹ ਤੋਂ ਹੀ ਉਸ ਨੂੰ ਲਗਾਤਾਰ ਥ੍ਰੈਟ ਦੀਆਂ ਕੋਲਾਂ ਆ ਰਹੀਆਂ ਸੀ, ਜਿਸ ਕਾਰਨ ਉਹ ਪਰੇਸ਼ਾਨ ਚੱਲ ਰਿਹਾ ਸੀ। ਸਾਬਕਾ ਜ਼ਿਲ੍ਹਾ ਪ੍ਰਧਾਨ ਵੱਲੋਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਗਈ ਹੈ ਕਿ ਵਿਸ਼ਾਲ ਕਮਰਾ ਦੇ ਜੋ ਕਾਤਲ ਨੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕਰਕੇ ਸਜ਼ਾ ਦਿਵਾਈ ਜਾਵੇ। ਰਜੀ ਚ ਕੀ ਮਾਮਲਾ ਹੈ? ਇੱਕ ਨੌਜਵਾਨ ਲੜਕੇ ਦੇ ਵੱਲੋਂ ਜਿਹੜੀ ਉਹਦੀ ਦੁਖਦਾਈ ਖਬਰ ਆਈ ਆ, ਉਹਦੀ ਕਹਿ ਸਕਦੇ ਸ਼ੱਕੀ ਹਾਲਾਤਾਂ 'ਚ ਮੌਤ ਹੋਈ ਹੈ, ਕੀ ਕਰਾਂ? ਅੱਜ ਕਰੀਬ 12 ਵਜੇ 12:30 ਵਜੇ ਦੇ ਕਰੀਬ ਮੈਨੂੰ ਫੋਨ ਆਇਆ। ਸਾਡੇ ਬਹੁਤ ਹੀ ਹੋਣਹਾਰ ਵਰਕਰ ਸੀਗਾ, ਵਿਸ਼ਾਲ ਕਮਰਾ ਮੰਡਲ ਦਾ ਵਾਈਸ ਪ੍ਰਧਾਨ ਵੀ ਸੀ, ਔਰ ਬਹੁਤ ਅੱਛਾ ਕਾਰਿਆਕਰਤਾ ਸੀਗਾ, ਔਰ ਆਪਦੇ ਪਰਿਵਾਰ ਵੱਲੋਂ ਵੀ ਬੜਾ ਖੁਸ਼ ਸੀਗਾ। ਲੇਕਿਨ ਜਦੋਂ ਇੱਥੇ ਆਏ ਹਾਂ ਤਾਂ ਸਾਨੂੰ ਪਤਾ ਲੱਗਿਆ ਵੀ ਇੱਕ ਸੁਸਾਈਡ ਕੇਸ ਹੈ, ਔਰ ਸੁਸਾਈਡ ਦਾ ਕਾਰਨ ਕੀ ਬਣਿਆ ਵੀ ਇਹਨੂੰ ਕੱਲ੍ਹ ਤੋਂ ਇੱਕ ਥ੍ਰੈਟ ਦੀ ਕਾਲ ਆ ਰਹੀ ਹੈ ਲਗਾਤਾਰ, ਜੋ ਉਹਦੇ ਮੋਬਾਈਲ ਤੋਂ ਪਤਾ ਲੱਗਿਆ ਸਾਨੂੰ। ਔਰ ਇਹ ਜਿਹੜੀ ਵਟਸਐਪ ਕਾਲ ਆ ਰਹੀ ਸੀ, ਥ੍ਰੈਟ ਦੀ ਕਾਲ ਆ ਰਹੀ ਸੀ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਤੋਂ ਬਾਅਦ ਉਹਨਾਂ ਨੇ ਪਤਾ ਨਹੀਂ ਕੀ ਇਹੋ ਜਿਹੀ ਵਟਸਐਪ ਕਾਲ 'ਤੇ ਗੱਲ ਕੀਤੀ ਹੈ ਵੀ ਜਿਹੜਾ ਕਿ ਵਿਸ਼ਾਲ ਕਮਰਾ ਨੇ ਆਪਦੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਔਰ ਇਹ ਚੀਜ਼ ਜਦੋਂ ਅਸੀਂ ਇੱਥੇ ਆਏ ਤਾਂ ਕੁਛ ਜਿਵੇਂ ਕਾਫੀ ਲੋਕ ਸ਼ਹਿਰ ਦੇ ਇਕੱਠੇ ਹੋਏ ਸੀ ਤਾਂ ਉੱਥੋਂ ਦੱਸ ਰਹੇ ਸੀਗੇ ਵੀ ਇਹ ਹੋਰ ਵੀ ਕਈ ਜਗ੍ਹਾ 'ਤੇ ਕਾਲਾਂ ਆ ਰਹੀਆਂ ਹੈ। ਤਾਂ ਮੈਂ ਪੁਲਿਸ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦਾ, SSP ਸਾਹਿਬ ਨੇ ਮੈਨੂੰ ਇਹ ਗੱਲ ਕਹੀ ਸੀ ਜਿਸ ਦਿਨ ਆਏ ਸੀਗੇ, ਪਹਿਲੇ ਦਿਨ ਜਦੋਂ ਅਸੀਂ ਮਿਲਣ ਗਏ ਤਾਂ ਉਹਨਾਂ ਨੇ ਕਿਹਾ ਸੀ ਸਿਰਫ ਪ੍ਰਧਾਨ ਜੀ ਸਾਨੂੰ ਕੰਟੈਕਟ ਨੰਬਰ ਚਾਹੀਦਾ। ਤਾਂ ਮੈਂ ਮਾਣਯੋਗ SSP ਸਾਹਿਬ ਤੋਂ ਵੀ ਇਹ ਮੰਗ ਕਰਦਾ ਔਰ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਇਹ ਮੰਗ ਕਰਦਾ ਵੀ ਇਹ ਜਿਹੜੇ ਵਿਸ਼ਾਲ ਕੁਮਾਰ ਦੇ ਜਿਹੜੇ ਕਾਤਲ ਹੈ, ਜਿਨ੍ਹਾਂ ਨੇ ਇਹ ਕਤਲ ਦੀ ਸਾਜਿਸ਼ ਰਚੀ ਹੈ ਵੀ ਜਿਹਦੇ ਨਾਲ ਇਹਨੂੰ ਸੁਸਾਈਡ ਕਰਨ ਤੋਂ ਮਜਬੂਰ ਕੀਤਾ ਗਿਆ, ਉਹਨਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਔਰ ਬਾਈ ਨੇਮ ਉਹਨਾਂ 'ਤੇ ਪਰਚਾ ਹੋ ਕੇ, ਔਰ ਅਗਾਂਹ ਤੋਂ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਨਾ ਘਟੇ, ਇਹੋ ਜਿਹੀ ਕਾਨੂੰਨ ਦੀ ਵਿਵਸਥਾ ਨੂੰ ਸਹੀ ਕਰਨਾ ਚਾਹੀਦਾ। ਇੰਨਾ ਹੀ ਮੈਂ ਤੁਹਾਨੂੰ ਬੇਨਤੀ ਕਰੂੰਗਾ। ਔਰ ਵਿਸ਼ਾਲ ਕਮਰਾ ਇੱਕ ਪਰਿਵਾਰ ਦੇ ਵਿੱਚ ਆਪਦੇ 2 ਬੱਚੇ ਛੱਡ ਗਿਆ, ਜਿੱਥੇ ਉਹਦੀ ਵਾਈਫ ਨੂੰ ਨਹੀਂ ਪਤਾ, ਉਹ ਵਿਚਾਰੀ ਸਕੂਲ 'ਚ ਬੈਠੀ ਸੀ, ਉਹਨੂੰ ਲੈ ਕੇ ਆਏ ਇੱਥੇ ਸਿਵਲ ਹਸਪਤਾਲ ਦੇ ਵਿੱਚ, ਆਪਦੀ ਜੀਵਨ ਲੀਲਾ ਉਹਨੇ ਸਮਾਪਤ ਕਰ ਲਈ ਵਿਸ਼ਾਲ ਨੇ। ਇਹ ਮੁਕਤਸਰ ਸ਼ਹਿਰ ਦੇ ਨਿਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ, ਜੇ ਕੋਈ ਇਹੋ ਜਿਹੀ ਗੱਲ ਆਉਂਦੀ ਵੀ ਹੈ, ਜੇ ਕੋਈ ਤੁਹਾਨੂੰ ਕਾਲ ਆਉਂਦੀ ਵੀ ਹੈ, ਤਾਂ ਕਿਰਪਾ ਕਰਕੇ ਚਾਹੇ ਪੁਲਿਸ ਨਾਲ ਸੰਪਰਕ ਕਰੀਏ, ਆਪਦੇ ਪਰਿਵਾਰ ਨਾਲ ਜ਼ਰੂਰ ਸੰਪਰਕ ਕਰੇ, ਤਾਂ ਜੋ ਇਹੋ ਜਿਹੀ ਬੰਦ ਭਾਗੀ ਘਟਨਾ ਦੁਬਾਰਾ ਮੁਕਤਸਰ 'ਚ ਨਾ ਹੋਵੇ। ਹਾਂ ਬਿਲਕੁਲ, ਵਟਸਐਪ ਚੈਟ ਦੇ ਵਿੱਚ ਉਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਹੈ ਜੀ, ਔਰ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ, ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ, ਤੇਰੇ ਪਰਿਵਾਰ ਨੂੰ ਚੱਕ ਲਾਂਗੇ ਜੇ ਪੈਸੇ ਨਾ ਦਿੱਤੇ ਤਾਂ। ਮੈਂ ਸਮਝਦਾ ਜੀ ਪੁਲਿਸ ਨੂੰ ਬਹੁਤ ਜਲਦੀ ਇਹਦੇ 'ਤੇ ਐਕਸ਼ਨ ਲੈਣਾ ਚਾਹੀਦਾ। ਮੌਕੇ ਦੇ ਮੌਜੂਦ ਥਾਣਾ ਸਿਟੀ ਦੇ ASI ਬਲਦੇਵ ਸਿੰਘ ਨੇ ਦੱਸਿਆ ਕਿ ਲਾਸ਼ ਕੋਲੋਂ 3 ਪੇਜਾਂ ਦਾ ਖੁਦਕੁਸ਼ੀ ਨੋਟ ਬਰਾਮਦ ਹੋਇਆ, ਜਿਸ ਦੇ ਵਿੱਚ ਮ੍ਰਿਤਕ ਕੋਲੋਂ ਕਈ ਲੋਕਾਂ ਤੋਂ ਪੈਸੇ ਲੈਣ ਦੀ ਗੱਲ ਆਖੀ ਗਈ ਹੈ। ਬਲਦੇਵ ਜੀ, ਇੱਕ ਸ਼ੱਕੀ ਹਾਲਾਤਾਂ 'ਚ ਨੌਜਵਾਨ ਦੀ ਮੌਤ ਹੋਈ ਹੈ, ਕੀ ਮਾਮਲਾ ਕੀ ਹੈ? ਵਿਸ਼ਾਲ ਕਮਰਾ ਜੀ, ਉਹਦੀ ਜਿਹੜੀ ਪਰਿਵਾਰ ਨੇ ਦੱਸਿਆ ਵੀ ਸਾਨੂੰ ਇਤਲਾਹ ਮਿਲੀ ਆ ਸਿਵਲ ਹਸਪਤਾਲ 'ਚੋਂ ਆਈ ਆ ਵੀ ਉਹਦੀ ਮੌਤ ਹੋ ਚੁੱਕੀ ਆ, ਅਤੇ ਜੋ ਵੀ ਪਰਿਵਾਰ ਬਿਆਨ ਲਿਖਾਊਗਾ ਅਤੇ ਉਹਦੇ ਉਹ ਕਾਰਵਾਈ ਕੀਤੀ ਜਾਊਗੀ, ਕਿਉਂਕਿ ਹਜੇ ਤਾਂ ਬਿਆਨ ਲਿਖਿਆ ਨਹੀਂ ਗਿਆ ਜੀ।
जो परिवार दसूगा तो ढंगाई ना तफ्तीश करांगे, जो बनती कार्रवाई हुई वो करांगे। नाल ही तुहानू दस दिए कि पुलिस नू मृतक दे मोबाइल फोन चो शक्की कॉल्स अते चैटिंग भी मिली है अते पुलिस ने मृतक दा मोबाइल फोन अते खुदकुशी नोट कब्जे विच लै के जांच शुरू कर दी है। D5 चैनल पंजाबी ली श्री मुक्तसर साहिब तो तरसेम टुडी दी रिपोर्ट। D5 चैनल पंजाबी पूरे सब्सक्राइब करो, बेल आइकन ते क्लिक करो। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com कानून जायदाद दा। होएगी किसानां दी गल, नवी खेती मशीना बीजा ते बागां दी गल, लेके चलांगे तुहानू रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार शाम 6 बजे D5 चैनल पंजाबी ते।